ਪੰਜਾਬ ਸਰਕਾਰ ਦੇ ਝੂਠੇ ਲਾਰਾਂ ਤੋਂ ਅੱਕੇ ਮੰਗ ਨਰੇਗਾ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਦੇ ਡਾਕਖਾਨਾ ਚੌਂਕ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ। ਇਸ ਮੌਕੇ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਉਹਨਾਂ ਦੀ ਮੰਤਰੀ ਬਾਜਵਾ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ 15 ਦਿਨਾਂ ਦੇ ਅੰਦਰ ਮੰਗ ਨਰੇਗਾ ਨੂੰ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਦਰਜ ਤੇ ਰੈਗੂਲਰ ਕਰਨ ਲਈ ਰਿਕਾਰਡ ਤਿਆਰ ਕਰਕੇ ਪਰਸੋਨਲ ਵਿਭਾਗ ਨੂੰ ਭੇਜਣਾ ਸੀ, ਪਰ ਬਾਰ ਬਾਰ ਪੰਚਾਇਤ ਮੰਤਰੀ ਸਮੇਤ ਵਿਭਾਗ ਦੇ ਉੱਚ ਅਧਿਕਾਰੀ ਨੂੰ ਇਸ ਵਿਸ਼ੇ ਤੇ ਮਿਲਿਆ ਗਿਆ, ਪਰ ਅੱਜ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ, ਜਿਸ ਕਰਕੇ ਅੱਜ ਉਹਨਾਂ ਨੇ ਮਜਬੂਰਨ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਦਿੱਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਗ ਨਰੇਗਾ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਕਾਰਨ ਨਰੇਗਾ ਮੁਲਾਜ਼ਮਾਂ ਵਿੱਚ ਲਗਾਤਾਰ ਰੋਸ ਵੱਧਦਾ ਜਾ ਰਿਹਾ। ਉਹਨਾਂ ਕਿਹਾ ਕਿ 17 ਜਨਵਰੀ 2020 ਨੂੰ ਵਿਕਾਸ ਭਵਨ ਮੋਹਾਲੀ ਵਿਖੇ ਪੰਜਾਬ ਪੱਧਰ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦਿਨ ਮੰਤਰੀ ਬਾਜਵਾ ਨੇ ਆਪਣੀ ਰਿਹਾਇਸ਼ ਤੇ ਯੂਨੀਅਨ ਦੀ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਵਾਈ ਸੀ। ਉਸ ਤੋਂ ਬਾਅਦ ਅਧਿਕਾਰੀਆਂ ਨੇ ਮੁੜ ਇੱਕ ਮਹੀਨੇ ਦਾ ਸਮਾਂ ਲਿਆ ਸੀ। ਇੱਕ ਮਹੀਨਾ ਵੀ ਬੀਤ ਗਿਆ। ਯੂਨੀਅਨ ਦਾ ਵਫਦ ਵਾਰ ਵਾਰ ਵਿਭਾਗ ਦੇ ਆਲਾ ਅਫਸਰਾਂ ਦੇ ਦਰ ਤੇ ਗੇੜੇ ਕਰਦਾ ਰਿਹਾ, ਪਰ ਵਾਰ ਵਾਰ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ, ਜਿਸ ਕਰਕੇ ਅੱਜ ਮਜ਼ਬੂਰਨ ਬੱਸ ਨਰੇਗਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕਾ ਕੀਤਾ ਜਾਵੇ, ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਚੋਣਾਂ ਦੇ ਦੌਰਾਨ ਵੀ ਵਾਅਦੇ ਲੋਕਾਂ ਨਾਲ ਕੀਤੇ ਗਏ ਨੇ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਉਹ ਪੰਜਾਬ ਪੱਧਰ 'ਤੇ ਵੱਡਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਹੋਣਗੇ। ਜੀ ਇਹ ਮਕਸਦ ਹੈ ਕਿ ਇੱਕ ਤਾਂ ਤਨਖਾਹਾਂ ਬਹੁਤ ਘੱਟ ਦੇ ਰਹੇ ਆ ਜੀ ਮੁਲਾਜ਼ਮਾਂ ਨੂੰ, ਨਰੇਗਾ ਵਾਲਿਆਂ ਨੂੰ ਨਰੇਗਾ ਦੀ ਤਨਖਾਹਾਂ ਤੱਕ ਟਿਊਸ਼ਨਾਂ ਦੇ ਬਰਾਬਰ ਦੇ ਰਹੇ, ਜਿੰਨਾ ਕੁ ਟਿਊਸ਼ਨਾਂ ਵਾਲੇ ਲੈ ਰਹੇ ਆ ਉਹਨਾਂ ਨਰੇਗਾ ਨੂੰ ਮੁਲਾਜ਼ਮਾਂ ਨੂੰ ਤਨਖਾਹ ਦੇ ਰਹੇ ਆ। ਪੇ ਸਕੇਲ ਦੀ ਸਾਰਿਆਂ ਦੀ ਮੰਗ ਵਾ ਕਿ ਪੇ ਸਕੇਲ ਕਰੋ, ਬਰਾਬਰ ਕਰੋ ਸਰਕਾਰ ਦੇ, ਬਾਕੀ ਰੁਜ਼ਗਾਰ ਜਿਹੜੇ ਰੈਗੂਲਰ ਮੁਲਾਜ਼ਮ ਉਹਨਾਂ ਦੇ ਬਰਾਬਰ ਤਨਖਾਹਾਂ ਦਿੱਤੀਆਂ ਜਾਣ ਤਾਂ ਰੈਗੂਲਰ ਕੀਤਾ ਜਾਵੇ ਇਹਨਾਂ ਮੁਲਾਜ਼ਮਾਂ ਨੂੰ ਜਿਹੜੇ 12-12 ਸਾਲ ਤੋਂ ਇਹੋ ਡੀਕ ਕਰ ਰਹੇ ਆ। ਉਹਨਾਂ ਦੀ ਓਵਰ ਏਜ ਹੋ ਗਈ, ਨਾ ਕਿਤੇ ਅਪਲਾਈ ਕਰ ਸਕਦੇ ਆ, ਨਾ ਕੋਈ ਨੌਕਰੀ ਦੀ ਵੇਟ ਕਰ ਸਕਦੇ ਆ। ਅਸੀਂ ਸਰਕਾਰ ਦੇ ਕੰਨਾਂ 'ਤੇ ਇਹ ਗੱਲ ਪਾਉਣੀ ਚਾਹੁੰਦੇ ਹਾਂ ਕਿ ਇਹਨਾਂ ਨੂੰ ਪੱਕੇ ਕਰੋ, ਇਹਨਾਂ ਦੀ ਸੇਵਾਵਾਂ ਨੂੰ ਰੈਗੂਲਰ ਕਰੋ। ਜੇ ਨਹੀਂ ਮੰਗਾਂ ਮੰਗਦੇ ਆਪਾਂ ਇਹਨਾਂ ਦਾ ਵਿਰੋਧ ਕਰਾਂਗੇ ਇਲੈਕਸ਼ਨ ਦੇ ਵੇਲੇ। ਅਸੀਂ ਆਪਣੀ ਫਿਰ ਜਿੰਨੀ ਤਾਕਤ ਮੁਲਾਜ਼ਮਾਂ 'ਚ ਹੋਊਗੀ ਉਹ ਵੀ ਦਿਖਾ ਸਕਦੇ ਆ ਜੀ, ਸਾਡਾ ਏਕਤਾ ਜ਼ਿੰਦਾਬਾਦ। ਅੱਜ ਧਰਨੇ ਦਾ ਮਕਸਦ ਹੈ ਗੂੰਗੀ ਬੋਲੀ ਸਰਕਾਰ ਨੂੰ ਦੱਸਣਾ ਕਿ 13 ਸਾਲ ਹੋ ਗਏ ਮੁਲਾਜ਼ਮਾਂ ਨੂੰ ਇਹ ਪੰਚਾਇਤੀ ਵਿਭਾਗ 'ਚ ਕੰਮ ਕਰਦੇ ਆ, ਇਹਨਾਂ ਨੂੰ ਜਿਹੜਾ ਵਾ ਰੈਗੂਲਰ ਕੀਤਾ ਜਾਵੇ। ਵਾਰ ਵਾਰ ਕੈਬਨਿਟ ਦੇ ਵਿੱਚ ਕਹੀ ਜਾਣ ਡੇ ਆ ਅਸੀਂ ਰੈਗੂਲਰ ਕਰ ਦੇਣਾ ਕਰ ਦੇਣਾ। ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਆਪਣਾ ਪ੍ਰੋਟੈਸਟ ਕਰਨ ਵਾਸਤੇ ਅਸੀਂ ਇੱਥੇ ਗ੍ਰਾਮ ਪੰਚਾਇਤਾਂ ਦੇ ਟੋਟਲੀ ਪੰਜਾਬ ਦੇ ਕੰਮ ਠੱਪ ਨੇ ਜੀ। ਜਿੱਥੇ ਦੱਸਿਆ ਜਾਈਏ 1800 ਕਰੋੜ ਰੁਪਇਆ ਪਿਛਲੇ ਸਾਲ ਜਿਹੜਾ ਵਾ ਉਹ ਨਰੇਗਾ ਮੁਲਾਜ਼ਮਾਂ ਵੱਲੋਂ ਜਿਹੜਾ ਵਾ ਪੰਚਾਇਤੀ ਵਿਭਾਗ ਦੇ ਵਿੱਚ ਜਿਹੜਾ ਖਰਚਿਆ ਗਿਆ ਸੀ, ਹੁਣ ਠਣ ਠਣ ਗੋਪਾਲ ਆ, ਹੁਣ ਇਹ ਬਿਲਕੁਲ ਸਾਰਾ ਪੰਜਾਬ ਜ਼ੀਰੋ ਕੀਤਾ ਹੋਇਆ ਵਾ। ਨਰੇਗਾ ਮੁਲਾਜ਼ਮ ਉਨੀ ਦੇਰ ਤੱਕ ਕੰਮ ਨਹੀਂ ਕਰਨਗੇ ਜਿੰਨੀ ਦੇਰ ਤੱਕ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾਂਦੀਆਂ। ਲਗਾਤਾਰ ਚੱਲਦੇ ਰਹਿਣਗੇ ਜੀ, ਜਿੰਨੀ ਦੇਰ ਤੱਕ ਇਹ ਸੇਵਾਵਾਂ ਰੈਗੂਲਰ ਨਹੀਂ ਕਰਦੇ ਇਹ ਲਗਾਤਾਰ ਚੱਲਦੇ ਰਹਿਣਗੇ। ਕੀ ਮੰਗਾਂ ਕੀ ਨੇ ਜੀ? ਮੰਗਾਂ ਜਿਹੜੀਆਂ ਪੰਚਾਇਤੀ ਵਿਭਾਗ 'ਚ ਰੈਗੂਲਰ ਕਰੋ, ਮੰਗਾਂ ਇਹੋ ਹੀ ਨੇ ਸਾਡੀਆਂ। ਸਿਰਫ ਜ਼ਿੰਮੇਵਾਰ ਪ੍ਰਸ਼ਾਸਨ ਆ ਜੀ, ਮੁੱਖ ਮੰਤਰੀ ਇੱਥੋਂ ਦਾ, ਕੈਬਨਿਟ ਮੰਤਰੀ ਨੇ ਜਿਹੜੇ ਝੂਠੇ ਵਾਅਦੇ ਕੀਤੇ ਆ ਇਹਨਾਂ ਨੇ। ਮੁਲਾਜ਼ਮ ਸਾਰਿਆਂ ਨੂੰ ਕਿਹਾ ਵੀ ਕੈਬਨਿਟ ਦੇ ਵੋਟਾਂ ਲੈ ਕੇ ਵੀ ਅਸੀਂ ਜਿਹੜੇ ਇਹਨਾਂ ਨੂੰ ਪੱਕੇ ਕਰਾਂਗੇ। ਪਹਿਲੀ ਜਿਹੜੀ ਆ ਕੈਬਨਿਟ ਮੀਟਿੰਗ ਜੀ, ਹੁਣ ਕੁਛ ਵੀ ਨਹੀਂ ਕੀਤਾ ਜੀ, ਹੁਣ ਤਾਂ 5 ਸਾਲ ਬੀਤ ਗਏ। ਕਿਰਪਾ ਕਰੋ, ਪੱਕਿਆ ਕਰੋ ਮੁਲਾਜ਼ਮਾਂ ਨੂੰ ਜੀ, ਪੱਕਿਆ ਕਰੋ। ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।